ਬਗੇਸ਼ਵਰ ਬਾਬੇ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਇਸ ਤਰੀਕੇ ਦੀ ਖਬਰ ਇੱਕ ਚੱਲ ਰਹੀ ਹੈ ਉਸ ਦੀ ਪੁਸ਼ਟੀ ਅਸੀਂ ਕਰਦੇ ਹਾਂ ਕਿ ਲਾਰੈਂਸ ਬਿਸ਼ਨੋਈ ਦੇ ਨਾਮ ਤੇ ਮਹਿਜ਼ 23 ਸਾਲਾਂ ਦੇ ਇੱਕ ਨੌਜਵਾਨ ਜੋ ਕਿ ਕਾਲਜ ਦੇ ਵਿੱਚ ਪੜਦਾ ਹੈ ਕਾਲਜ ਦਾ ਵਿਦਿਆਰਥੀ ਹੈ ਉਸ ਨੇ ਈਮੇਲ ਦੇ ਰਾਹੀਂ ਬਗੇਸ਼ਵਰ ਬਾਬੇ ਨੂੰ ਤਿੰਨ ਤੋਂ ਚਾਰ ਵਾਰ ਧਮਕੀ ਭੇਜੀ ਪਹਿਲੀ ਵਾਰ ਦੇ ਵਿੱਚ ਉਸ ਨੇ ਧਮਕੀ ਭਰਿਆ ਈਮੇਲ ਭੇਜਿਆ ਦੂਜੀ ਵਾਰ ਦੇ ਵਿੱਚ ਉਸਨੇ 10 ਲੱਖ ਰੁਪਏ ਦੀ ਰੰਗਦਾਰੀ ਮੰਗ ਲਈ ਦੱਸਦੀ ਹੈ ਕਿ ਮਸ਼ਹੂਰ ਬਗੇਸ਼ਵਰ ਧਾਮ ਦਾ ਮੁਖੀ ਪੰਡਿਤ ਧਰਿੰਦਰ ਸ਼ਾਸਤਰੀ ਜਿਸਨੂੰ ਕੀ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ ਲਗਾਤਾਰ ਧਮਕੀਆਂ ਦੀ ਮਿਲ ਰਹੀਆਂ ਸੀ ਤੇ ਹੁਣ ਪੁਲਿਸ ਦੇ ਵੱਲੋਂ ਧਮਕੀ ਵਾਲੇ ਈਮੇਲ ਭੇਜਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ 23 ਸਾਲਾਂ ਦਾ ਮੋਲਜਮ ਹੈ ਪਟਨਾ ਬਿਹਾਰ ਦਾ ਰਹਿਣ ਵਾਲਾ ਹੈ 9 ਦਸੰਬਰ ਨੂੰ ਅਦਾਲਤ ਦੇ ਵਿੱਚ ਇਸ ਦੀ ਪੇਸ਼ੀ ਹੋਈ ਹੈ ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ ਤਾਂ ਦੱਸ ਦਈਏ ਕਿ 19 ਅਕਤੂਬਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ਦੇ ਇੱਕ ਅਣਪਛਾਤੇ ਵਿਅਕਤੀ ਨੇ ਬਾਗੇਸ਼ਵਰ ਦਾਮ ਦੀ Gmail ID ਤੇ ਇੱਕ ਧਮਕੀ ਭਰਿਆ ਮੈਸੇਜ ਭੇਜਿਆ ਸੀ ਇਸ ਦੇ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ਈਮੇਲ ਦੇ ਵਿੱਚ ਲਿਖਿਆ ਕਿ ਸਾਨੂੰ 10 ਲੱਖ ਰੁਪਏ ਦਿਓ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ 20 ਅਕਤੂਬਰ ਨੂੰ ਉਹਨਾਂ ਨੇ ਨਮਾਇੰਦੇ ਨੇ ਥਾਣਾ ਬਮੀਟਾ ਵਿਕੇ ਲੈਕਤੀ ਸ਼ਿਕਾਇਤ ਦਰਜ ਕਰਵਾਈ ਉਸ ਦੀ ਸ਼ਿਕਾਇਤ ਤੇ ਪੁਲਿਸ ਨੇ ਤੁਰੰਤ ਅਣਪਛਾਤੇ ਵਿਅਕਤੀ ਖਿਲਾਫ ਧਾਰਾ 382 ਤਹਿਤ ਕੇਸ ਦਰਜ ਕਰ ਲਿਆ ਫਿਰ ਇੱਕ ਵਾਰੀ ਈਮੇਲ ਆਈ ਈਮੇਲ ਦੇ ਵਿੱਚ 10 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਈਮੇਲ ਸਾਈਬਰ ਸੈੱਲ ਵਾਲਿਆਂ ਨੂੰ ਭੇਜੀ ਗਈ ਸਾਈਬਰ ਸੈੱਲ ਵਾਲਿਆਂ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ 23 ਸਾਲਾਂ ਦਾ ਨੌਜਵਾਨ ਹੈ ਜੋ ਕਿ ਕਾਲਜ ਦੇ ਵਿੱਚ ਪੜਦਾ ਹੈ ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਵਰਤ ਰਿਹਾ ਹੈ ਤੁਸੀਂ ਦੇਖ ਲਓ ਕਿ ਕਿਵੇਂ ਕਈ ਜਿਹੜੇ ਤੁਹਾਨੂੰ ਫਰਾਡ ਕਾਲ ਜਾਂ ਲਾਰੈਂਸ ਬਿਸ਼ਨੋਈ ਜਾਂ ਹੋਰ ਕਿਸੇ ਗੈਂਗ ਦੇ ਨਾਮ ਤੋਂ ਆਉਂਦੇ ਨੇ ਉਹ ਜਾਲੀ ਵੀ ਹੋ ਸਕਦੇ ਨੇ ਜੀ ਹਾਲ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਇਸ 23 ਸਾਲਾਂ ਦੇ ਨੌਜਵਾਨ ਨੇ ਬਾਬਾ ਬਗੇਸ਼ਵਰ ਧਾਮ ਨੂੰ ਜੋ ਕਿ ਦਰੇਂਦਰ ਸ਼ਾਸਤਰੀ ਹੈ ਉਸ ਨੂੰ ਧਮਕੀ ਭਰਿਆ ਈਮੇਲ ਭੇਜਿਆ ਤੇ ਅੱਗੇ ਵੀ ਕਈ ਵਾਰ ਦਰਿੰਦਰ ਸ਼ਾਸਤਰੀ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਪਰ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਨਹੀਂ ਮਿਲੀਆਂ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਧਮਕੀ ਦਿੱਤੀ ਗਈ ਇਸ ਤਰੀਕੇ ਦੀ ਖਬਰ ਚੱਲ ਰਹੀ ਸੀ ਚਾਰੇ ਪਾਸੇ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਧਮਕੀ ਦੇ ਦਿੱਤੀ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਹਿੰਦੂਤਵ ਨੂੰ ਸਪੋਰਟ ਕਰਦਾ ਹੋਇਆ ਨਜ਼ਰ ਆਉਂਦਾ ਹੈ ਉਸ ਦੀਆਂ ਪੋਸਟਾਂ ਦੇ ਵਿੱਚ ਉਹ ਪੇਸ਼ੀ ਤੇ ਟਿੱਕੇ ਲਾ ਕੇ ਆਉਂਦਾ ਹੈ ਤਾਂ ਹਿੰਦੂ ਸਮਾਜ ਨੂੰ ਉਹ ਬਹੁਤ ਜ਼ਿਆਦਾ ਫਾਲੋ ਕਰਦਾ ਹੈ ਉਹ ਹਿੰਦੂ ਸਮਾਜ ਤੋਂ ਹੀ ਬਿਲੋਂਗ ਕਰਦਾ ਹੈ ਤੇ ਇਹ ਸਵਾਲ ਖੜੇ ਹੋ ਰਹੇ ਸੀ ਕਿ ਬਗੇਸ਼ਵਰ ਧਾਮ ਜੋ ਕਿ ਇਸ ਵੇਲੇ ਚਰਚਾ 'ਚ ਨਹੀਂ ਚਾਰੇ ਪਾਸੇ ਉਹਨਾਂ ਦੇ ਫਾਲੋਅਰਸ ਬਹੁਤ ਨੇ ਦੂਰੋਂ ਦੂਣੋਂ ਅਨੇਾਈ ਜਿਹੜੇ ਨੇ ਉਹਨਾਂ ਦੇ ਕੋਲ ਮਿਲਣ ਆਉਂਦੇ ਨੇ ਲੱਖਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਮਾਗਮ ਹੁੰਦੇ ਨੇ ਉੱਥੇ ਇਕੱਠ ਹੁੰਦਾ ਹੈ ਤਾਂ ਇਹ ਸਵਾਲ ਖੜਾ ਹੋ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਦਰਿੰਦਰ ਸ਼ਾਸਤਰੀ ਨੂੰ ਆਖਰਕਾਰ ਧਮਕੀ ਦੇਣ ਵਾਲਾ ਕੌਣ ਹੈ ਗੈਂਗ ਦੇ ਵਿੱਚੋਂ ਕਿਸ ਨੇ ਧਮਕੀ ਦਿੱਤੀ ਨਾ ਹੀ ਲਾਰੈਂਸ ਗੈਂਗ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਬਾਅਦ ਦੇ ਵਿੱਚ ਹੁਣ ਪਤਾ ਚੱਲਿਆ ਕਿ ਧਮਕੀ ਦੇਣ ਵਾਲਾ ਮਹਿਜ਼ 23 ਸਾਲਾਂ ਦਾ ਨੌਜਵਾਨ ਹੈ ਜਿਸ ਨੇ ਲਾਰੈਂਸ ਬਿਛनोई ਗੈਂਗ ਦਾ ਨਾਮ ਵਰਤਿਆ ਅਤੇ ਤਿੰਨ ਤੋਂ ਚਾਰ ਵਾਰ ਬਗੈਸ਼ਵਰ ਧਾਮ ਦੀ Gmail account ਤੇ ਇਹ ਮੇਲ ਭੇਜੀਆਂ ਜਿਨ੍ਹਾਂ ਦੇ ਵਿੱਚ ਧਮਕੀ ਭਰੇ ਮੈਸੇਜ ਲਿਖੇ ਲਾਰੈਂਸ ਦਾ ਨਾਮ ਲਿਖਿਆ ਅਤੇ 10 ਲੱਖ ਰੁਪਏ ਦੀ ਮੰਗ ਕੀਤੀ ਤੇ ਹੁਣ ਉਸ ਨੂੰ ਗ੍ਰਫਤਾਰ ਕਰ ਲਿਆ ਪੇਸ਼ੀ ਦੌਰਾਨ ਉਸ ਨੂੰ ਹੁਣ ਜੇਲ੍ਹ ਭੇਜ ਦਿੱਤਾ ਗਿਆ